मामला अमृतसर के कोट खालसा इलाके में जियो मोबाइल टावर लगाने को लेकर हुए विवाद का है, जिसके चलने जिथे इलाका निवासी एकजुट हुए उत्थे ही किसान जथेबंदियों के वालों भी इसका विरोध करदे कहा गया कि जेकर टावर जियो कंपनी का होया तो बिल्कुल भी नहीं लगन दिता जाएगा। इस मौके गलबात करदे इलाका निवासी के किसान जथेबंदियों आगुआ का कहना है कि इलाके में बिना परमिशन तो मोबाइल टावर लगाया जा रहा है, जिसकी किरणा बचने बहुत ही खतरनाक हैं और ये टावर किसी भी हालत में नहीं लगन दिता जाएगा। इस सारे मसले में मौके पर पहुंचे पुलिस अधिकारियों का कहना है कि उन्होंने वालों इस मोबाइल टावर की परमिशन की जांच की जाएगी, जेकर मंजूरी ना हुई तो यह टावर नहीं लगन दिता जाएगा। ਬੱਚੇ ਵੱਲੋਂ ਇਹੀ ਕਹਿਣਾ ਚਾਹੁੰਦੇ ਹਾਂ, ਜਿਹੜਾ ਇਹ ਟਾਵਰ ਲਗਾਇਆ ਜਾ ਰਿਹਾ ਇਹਦੇ ਬਹੁਤ ਜ਼ਿਆਦਾ ਨੁਕਸਾਨ ਹੈ, ਕੈਂਸਰ ਤੱਕ ਬੱਚਿਆਂ ਨੂੰ ਛੋਟੇ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੋ ਸਕਦੀ ਹੈ, ਇਹਨਾਂ ਦੀ ਕਿਰਨਾਂ ਬਹੁਤ ਜ਼ਿਆਦਾ ਹਾਨੀਕਾਰਕ ਹੈ ਔਰ ਇਹਨਾਂ ਨੂੰ ਨਾ ਲਗਵਾਇਆ ਜਾਏ। ਬਸ ਇਹੀ ਸਾਡੇ ਇਲਾਕਿਆਂ ਵੱਲੋਂ ਇਹ ਸਾਡੀ ਬੇਨਤੀ ਹੈ ਸਾਰਿਆਂ ਦੀ ਔਰ ਹੋ ਸਕੇ ਤਾਂ ਇਹਨੂੰ ਖੁੱਲ੍ਹੇ ਇਲਾਕਿਆਂ 'ਚ ਲਗਾਇਆ ਜਾਏ। ਕਿਹੜੇ ਏਰੀਏ 'ਚ ਟਾਵਰ ਲੱਗ ਰਿਹਾ? ਇਹ ਦਸ਼ਮੇਸ਼ ਨਗਰ 'ਚ ਟਾਵਰ ਲਗਾਇਆ ਜਾ ਰਿਹਾ ਹੈ ਔਰ ਇਹ ਰਿਹਾਇਸ਼ੀ ਇਲਾਕੇ 'ਚ ਲਗਾਇਆ ਜਾ ਰਿਹਾ ਹੈ ਔਰ ਇਹਨੂੰ ਥੋੜ੍ਹਾ ਖੁੱਲ੍ਹੀ ਜਗ੍ਹਾ 'ਚ ਲਗਾਇਆ ਜਾਏ। ਕਿਹੜੀ ਕੰਪਨੀ ਦਾ ਟਾਵਰ ਹੈਗਾ? जियो का टावर है। ट्रपई किरती किसान यूनियन पंजाब जिला आगू, मैं बेनती करना भी ये जिहड़ा जियो का टावर है इनू असीं बिल्कुल विरोध करते हैं और जिन्हें लगे उन्हां दा भी विरोध करते हैं, जियो दियां छिंबां दा भी असीं विरोध करते हैं। ये जिहड़ा टावर आ एक बड़ी हरैश विच आ, कलोनी विच आ, तो साडी बेनती है भी जे लाउणा इहनां ते बाहर किते लाउण खुल्ली जगह। घर दे इहनां दा जिथे टावर लग रिहा उह कहिंदे जियो दा टावर नहीं, उह जिहड़े घर वाले उह कह रहे जियो दा टावर नहीं, इह वी सानूं वेरीफाई कराया जावे। ਕੋਈ ਵੀ ਹੋਵੇ ਰਹਿਸ਼ੀ ਇਲਾਕੇ, ਸਾਡੀ ਮੰਗ ਹੈ ਰਹਿਸ਼ੀ ਇਲਾਕੇ ਵਿੱਚ ਆ ਇਹ ਟਾਵਰ ਬਾਹਰ ਲੱਗ ਜੇ, ਸਾਡੀ ਕੋਈ ਹੋਰ ਇਹਨਾਂ ਨਾਲ ਕੋਈ ਘਰ ਵਾਲਿਆਂ ਨਾਲ ਲਾਗ ਨਹੀਂ, ਡਾਂਟ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ। ਮੇਰਾ ਨਾਮ ਕੁਲਦੀਪ ਸਿੰਘ ਹੈ ਜੀ, ਕੋਟ ਖਾਲਸਾ ਦਸ਼ਮੇਸ਼ ਨਗਰ ਬੀ ਬਲਾਕ ਤੋਂ ਬੋਲਦਾ ਵੀਰ ਜੀ। ਇਹ ਮਤਲਬ ਜ਼ਬਰਦਸਤੀ ਜੀਓ ਦਾ ਟਾਵਰ ਲਵਾ ਲਏ ਨੇ, ਜੇ ਇਹਨਾਂ ਨੂੰ ਅਸੀਂ ਪੁੱਛਿਆ ਵੀ ਸਾਨੂੰ ਦੱਸੋ ਕਿਹੜੀ ਕੰਪਨੀ ਦਾ, ਸਾਨੂੰ ਇਹ ਵੀ ਨਹੀਂ ਦੱਸਦੇ ਵੀ ਕਿਹੜੀ ਕੰਪਨੀ ਦਾ ਕਿਹੜੀ ਦਾ ਨਹੀਂ, ਤੇ ਸਾਡੇ ਨਾਲ ਜ਼ਰੂਰੀ ਹੈ ਪੂਰੇ ਮਹੱਲੇ ਦੇ ਵਿੱਚ ਬਹਿਸਬਾਜੀ ਕਰਨ ਦੇ। ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਸਰ, ਜੇ ਪਰਮਿਸ਼ਨ ਹੋਣ ਤਾਂ ਸਾਨੂੰ ਵਿਖਾਉਣ ਨਾ, ਤਾਂ ਅਸੀਂ ਤਾਂ ਕਹਿਣ ਡੇ ਪਰਮਿਸ਼ਨ ਵਿਖਾਓ ਨਹੀਂ ਸਰ, ਅਸੀਂ ਮੰਗ ਕਰਦੇ ਵੀ ਟਾਵਰ ਨਹੀਂ ਅਸੀਂ ਲੱਗਣ ਦੇਣਾ ਸਰ, ਪੂਰੇ ਮਹੱਲੇ ਦੇ ਵਿੱਚ ਛੋਟੇ ਛੋਟੇ ਸਾਡੇ ਬੱਚੇ ਆ, ਕਿਰਨਾਂ ਇੰਨੀਆਂ ਇੰਨੀਆਂ ਪੈਂਦੀਆਂ। ਮੇਰਾ ਨਾਮ ਗੁਰਜੋਤ ਸਿੰਘ ਹੈ ਜੀ। ਜਿਹੜਾ ਤੁਹਾਡੇ ਘਰ ਟਾਵਰ ਲੱਗ ਰਿਹਾ, ਹਾਂਜੀ, ਕੀ ਜਾਣਾ ਚਾਹੁੰਦੇ? ਤੇ ਕਿਹੜੀ ਕੰਪਨੀ ਦਾ? ਕੰਪਨੀ ਦਾ ਨਹੀਂ, ਆਪਾਂ ਨੂੰ ਇਹ ਜੀਓ ਦਾ ਨਹੀਂ ਹੈਗਾ, ਠੀਕ ਹੈ ਜੀ? ਕਿਹੜੀ ਕੰਪਨੀ ਦਾ? ਕੰਪਨੀ ਦਾ ਵਾਈਫਾਈ ਉਹਨਾਂ ਕਿਹਾ ਵਾ ਵੀ ਕੋਈ ਲਾਉਣਗੇ, ਜਿਹੜਾ ਵੀ ਲਾਉਣਗੇ, ਵੋੜਾ ਫੋਨ ਦਾ ਆਈਡੀਆ ਦਾ ਇਹ ਕਨਫਰਮ ਨਹੀਂ ਜੇਗਾ, ਠੀਕ ਹੈ ਜੀ? ਉਹ ਲੱਗੂਗਾ, ਇਹਨਾਂ ਨੇ ਹੁਣ ਗੱਲ ਕੀਤੀ, ਇਹਨਾਂ ਨਾਲ ਕੈਮਰਾ ਮਾਰੋ ਇੱਕ ਵਾਰੀ। ਉਹ ਕੋਈ ਨਹੀਂ, ਕੈਮਰਾ ਬੰਦ, ਇਹਨਾਂ ਨੇ ਕਿਹਾ ਵਾ ਵੀ ਮਤਲਬ ਟਾਵਰ ਖੁੱਲ੍ਹੇ ਥਾਂ ਲੱਗਣਾ ਚਾਹੀਦਾ, ਠੀਕ ਹੈ ਜੀ? ਤੇ ਜਿੱਥੇ ਇਹਨਾਂ ਨੂੰ ਪੁੱਛੋ ਦੁਕਾਨਦਾਰੀ ਕਰਦੇ ਆ ਸਾਰਾ ਦਿਨ ਉੱਥੇ ਰਹਿੰਦੇ ਆ, ਉੱਥੇ ਟਾਵਰ ਕਿੰਨੇ ਇਹਨਾਂ ਦੇ ਸਿਰ ਦੇ ਉੱਤੇ ਕਿੰਨੇ ਟਾਵਰ ਲੱਗੇ ਨੇ? ਅਗਰ ਲੱਗੇ ਹੋਏ ਆ ਉਹਨਾਂ ਨਾਲ ਤੁਹਾਨੂੰ ਉਹਦੀ ਰੇਂਜ ਨਹੀਂ, ਤੁਹਾਨੂੰ ਪੈਂਦੀ ਨਹੀਂ ਰੇਂਜ ਉਹਦੀ, ਲੱਗੇ ਹੋਏ ਆ ਤੇ ਉਹਦੀ ਰੇਂਜ ਇਹਨਾਂ ਨੂੰ ਨਹੀਂ ਪੈਂਦੀ ਜੀ, ਠੀਕ ਹੈ ਜੀ? ਪਤਾ ਕੀ ਆ ਕਿਸਾਨਾਂ ਦਾ, ਚਲੋ ਕਹਿੰਦੇ ਆ ਵੀ ਜੀਓ ਦਾ ਨਾਂ ਲਵਾਓ, ਅਸੀਂ ਜੀਓ ਦਾ ਨਹੀਂ ਲਵਾ ਰਹੇ ਜੀ, ਕੋਈ ਟਾਵਰ ਜੀਓ ਦਾ ਨਹੀਂ ਹੈਗਾ, ਇਹ ਪ੍ਰੂਫ ਕਰਦੇ ਨੇ ਕਿ ਜੀਓ ਦਾ ਅਸੀਂ ਆਪ ਲਵਾ ਦਾਂਗੇ, ਠੀਕ ਹੈ ਜੀ? ਜੀਓ ਦਾ ਨਹੀਂ ਹੈਗਾ, ਤੁਸੀਂ ਸਾਬਤ ਕਰ ਦੋ ਨਾ, ਤੁਹਾਨੂੰ ਕਿਸੇ ਨੇ ਕਿਹਾ ਵਾ? ਹਾਂ ਤੇ ਕੋਈ ਗੱਲ ਨੀ, ਆਉਣਗੇ ਜੀਓ ਦਾ ਨਹੀਂ, ਕੰਪਨੀ ਵਾਲੇ ਆਉਣਗੇ ਤੇ ਤੁਹਾਨੂੰ ਦਿਖਾ ਦਾਂਗੇ। ਬੇਟਾ ਜਦੋਂ ਚਾਲੂ ਹੋ ਗਿਆ ਫਿਰ ਤੂੰ ਦੱਸ, ਚਾਲੂ ਕੋਈ ਚਾਲੂ ਕਿਤਰਾ ਆਜੂਗਾ, ਉਹਦਾ ਲੂਣ ਹੀ ਨਹੀਂ ਦੇ ਤੇ। ਚਲੋ ਇੱਕ ਮਿੰਟ, ਤੁਸੀਂ ਮੰਨਦੇ ਜੀਓ ਦਾ ਨਾਂ ਆਊਗਾ? ਜਿਹੜੇ ਪੁਰਾਣੇ ਟਾਵਰ ਲੱਗੇ ਉਹਦੇ ਕੋਈ ਟਾਵਰ, ਤੁਹਾਨੂੰ ਵੀ ਪਤਾ ਰੇਂਜ ਪ੍ਰੋਬਲਮ, ਨੈੱਟ ਨਹੀਂ ਚੱਲਦਾ ਪਿਆ, ਠੀਕ ਹੈ ਜੀ? ਟਾਵਰ ਲੱਗਣੇ ਚਾਹੀਦੇ ਤਾਂ ਹੀ ਨੈੱਟ ਚੱਲੂ, ਜੇ ਟਾਵਰ ਹੀ ਨਾ ਲੱਗਣਗੇ ਤਾਂ ਨੈੱਟ ਕਿੱਥੇ ਚੱਲੂ? ਜੇ ਸਾਡਾ ਨਹੀਂ ਲਾਉਣ ਦਿੰਦੇ, ਅਸੀਂ ਇਹ ਕਹਾਂਗੇ ਵੀ ਸਾਰੇ ਜਿੰਨੇ ਲੱਗੇ ਸਾਰੇ ਬੰਦ ਕਰਾਓ, ਫਿਰ ਅਸੀਂ ਵੀ ਨਹੀਂ ਲਵਾਉਂਦੇ। ਕੱਲ੍ਹ ਦਰਖਾਸਤ ਦਿੱਤੀ ਹੈ ਕਿਸੇ ਮਹੱਲੇ ਦੀ, ਗਏ ਥਾਣੇ ਅਤੇ ਦਰਖਾਸਤ 'ਚ ਆਪਾਂ ਵੈਰੀਫਾਈ ਕਰ ਰਹੇ ਵੀ ਇਹਦਾ ਨੋ ਓਬਜੈਕਸ਼ਨ ਸਰਟੀਫਿਕੇਟ ਲਿਆ ਨਹੀਂ ਗਿਆ, ਉੱਥੇ ਮਜ਼ਦੂਰੀ 'ਚ ਵੇਖ ਲੈਂਦੇ ਕੀ ਹਿਸਾਬ ਕਰਨਾ। ਆਵਾਜ਼ ਕੰਮ ਟੀਵੀ ਦੀ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।